ਬੰਦੇ ਕੋਲੇ 15 ਕਿੱਲੇ ਪੈਲੀ ਤੇ ਮੇਰੇ ਕੋਲੇ 10 ਮਰਲੇ ਵੀ ਥਾਂ ਹੈਗੀ। ਤੇਰੇ ਨਾਲ ਇੱਕ ਚੈਨ ਬਚ ਗਏ, ਤੇਰੇ ਨਾਲ ਪੰਗਾ ਲਵੇ ਜੇ ਜਿੱਤ ਕੇ ਵਿਖਾ। ਚੋਣ ਪ੍ਰਕਿਰਿਆ ਦੇ ਵਿੱਚ ਆਪਣਾ ਹਿੱਸਾ ਲੈ ਸਕਣ। ਔਰ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਫੌਰੀ ਤੌਰ ਤੇ ਆਰਡਰ ਕਰਨਾ, ਕਿਉਂਕਿ ਸਾਡੀ ਇੱਥੋਂ ਦਾ ਪ੍ਰਸ਼ਾਸਨ ਨਹੀਂ ਸੁਣ ਰਿਹਾ। ਡੀਸੀ ਮੈਡਮ ਨਾਲ ਗੱਲ ਕੀਤੀ ਹੈ, ਉਹ ਗੱਲ ਸੁਣਦੇ ਵਾਸਤੇ ਤਿਆਰ ਨਹੀਂ, ਪਤਾ ਨਹੀਂ ਨਵੀਂ ਲੱਗੀ ਕਿਤੇ ਮੇਰੀ ਬਦਲੀ ਨਾ ਹੋ ਜਾਏ। ਔਰ ਮੈਨੂੰ ਉਮੀਦ ਹੈ ਕਿ ਇਲੈਕਸ਼ਨ ਕਮਿਸ਼ਨ ਫੌਰੀ ਤੌਰ ਤੇ ਕੋਈ ਨਾ ਕੋਈ ਕਾਰਵਾਈ ਕਰੇਗਾ। ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਦੂਸਰਾ, ਜਿਹੜੀਆਂ ਨੈਮੀਨੇਸ਼ਨ ਫਾਈਲਾਂ ਸਾਡੀਆਂ ਅੰਦਰ ਜਿਹੜੀਆਂ ਰਿਜੈਕਟ ਕਰਨ ਦੀ ਤਾਕਤ ਹੈ, ਇਹ ਖੋ ਕੇ ਲੈ ਗਏ ਕੁਛ ਫਾੜਤੀਆਂ, ਇਹਦੇ ਕਰਿੰਦੇ ਅੰਦਰ ਫਿਰਦੇ ਆ, ਬਾਹਰ ਵੀ ਕੁਛ ਹੈਗੀਆਂ, ਉਹ ਸਾਰੀਆਂ ਭਰੀਆਂ ਜਾਣ। ਅਸੀਂ ਡੀਸੀ ਮੈਡਮ ਨੂੰ ਜਿਵੇਂ ਜੋਸ਼ਨ ਸਾਹਿਬ ਨੇ ਕਿਹਾ ਵੀ ਸੁਬਹਾ ਤੋਂ ਲੱਗੇ ਆ ਕਹਿਣ, SSP ਸਾਹਿਬ ਨੂੰ ਕਿਹਾ, ਕੋਈ ਸਾਡੀ ਸੁਣਵਾਈ ਨਹੀਂ ਹੋਈ। ਪਹਿਲਕਾ ਨਿਊਜ਼। ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਪਹਿਲਕਾ ਨਿਊਜ਼ ਬਾਗੀ ਹੈ। ਜਨਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਪਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਪਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।